ਮਿੰਟ ਹੋਏ ਨੇ 15 20 ਮਿੰਟਾਂ ਬਾਅਦ ਫਿਰ ਗਏ ਆ ਅੰਦਰ ਜਾ ਵੇਖ ਕੇ ਆ ਮੈਂ ਉਸਤਾਦ ਜੀ ਤੇ ਲੰਮਾ ਪਏ ਆ ਹੁਣ ਅਜਾ ਆਇਆ ਫਿਰ ਬਹਿ ਗਏ ਫਿਰ ਅੱਧੇ ਘੰਟੇ ਬਾਅਦ ਹੋ ਗਏ ਆ ਮੈਂ ਉਸਤਾਦ ਜੀ ਕੋਈ ਨਹੀਂ ਲਾ ਤੀਸਰੀ ਵਾਰੀ ਮੈਂ ਕਿਹਾ ਉਸਤਾਦ ਜੀ ਭਾਂ ਕਬੂਤਰ ਹੀ ਮਰ ਜਾਵੇ ਆਂਦਾ ਚੱਲ ਕਬੂਤਰ ਮਰ ਜੇ ਐਵੇਂ ਮਰ ਜੇਗਾ ਉਹ ਕਿਹੜਾ ਬਿਮਾਰ ਹੈ ਉੱਡ ਕੇ ਆਇਆ ਖਰਾਬ ਹੋਇਆ ਠੀਕ ਹੋ ਜਾਂਦਾ ਤੁਸੀਂ ਤੇ ਆਪਣੀ ਨਾਲੇ ਦੀ ਗੱਲ ਕਰਦੇ ਸੋਣਾ ਕਿ ਆਪਣਾ ਜਿੰਨਾ ਕੋ ਤੁਹਾਡੇ ਕੋਲ ਐਕਸਪੀਰੀਅੰਸ ਸੀ ਤੁਸੀਂ ਤੇ ਉਨੀ ਕੋ ਕਰਨੀ ਸੀ ਉੱਡ ਗਈ ਇੰਜ ਕਰਕੇ ਸੀ ਹਾਂ ਤੁਹਾਨੂੰ ਤੇ ਲਾਵੇ ਤੇ ਬਚਣਾ ਹੀ ਕੋਈ ਨਹੀਂ ਉਸਤਾਦ ਬੰਦੇ ਦਾ ਇੱਥੋਂ ਹੀ ਤਾਂ ਪਤਾ ਚੱਲਦਾ ਕਿ ਕਰਨਾ ਜਿਵੇਂ ਤਰੀਕਾ ਅੱਗੇ ਗੱਲ ਕਰਦੇ ਹੋ ਨਾ ਉਹ ਸਾਨੂੰ ਜਰਾ ਦੁਬਾਰਾ ਰਿਪੀਟ ਕਰਿਆ ਜਰਾ ਨਹੀਂ ਪਤਾ ਚੱਲਿਆ ਕਬੂਤਰ ਨਾਲ ਪਿਆਰ ਕਰਨ ਦੀ ਕਬੂਤਰ ਨੂੰ ਕਿਸ ਹੱਦ ਤੱਕ ਪਿਆਰ ਕਰਨਾ ਕਬੂਤਰ ਨੂੰ ਇੰਜ ਨਹੀਂ ਦੇਖੋ ਨਾ ਕਬੂਤਰ ਨੂੰ ਪਿਆਰ ਕਰੋ ਕਬੂਤਰ ਜਿਹਲੇ ਨਹੀਂ ਤਿਆਰ ਹੁੰਦਾ ਉਹਨੂੰ 7-8 ਦਿਨ ਲਗਾਤਾਰ ਉਹਦਾ ਫਾਂਡਾ ਲਾਓ ਅੱਛਾ ਜਿਹਲੇ ਫਾਂਡਾ ਲਾਓਗੇ ਕਬੂਤਰ ਆਸਤਾ-ਆਸਤਾ ਫਿਰ ਆਪਣੀ ਜਗ੍ਹਾ ਤੇ ਆਉਣਾ ਸ਼ੁਰੂ ਹੋ ਜਾਏ ਰੁਟੀਨ ਆਪਣੀ ਕਬੂਤਰ ਨੂੰ ਉਨੀ ਦੇਰ ਤੱਕ ਨਾ ਛੱਡੋ ਜਿੰਨੀ ਦੇਰ ਤੱਕ ਤੁਹਾਡੇ ਕੋਲੋਂ ਰੋਟੀ ਤੁਸੀਂ ਖਾਂਦੇ ਹੋ ਨਾ ਤੁਹਾਡੇ ਕੋਲੋਂ ਰੋਟੀ ਖੋ ਕੇ ਲੈ ਜਾਏ ਇੰਨਾ ਕੋ ਭੁੱਖਾ ਹੋ ਜਾਏ ਇੱਥੇ ਮੇਰੇ ਕੋਲ ਕਬੂਤਰ ਬਣੀ ਹੈ ਮੈਂ ਅਗਲੇ ਦਿਨ ਨਾ ਬੈਠਾ ਤੇ ਮੁੰਡੇ ਦਾ ਕਬੂਤਰ ਆਇਆ ਤੇ ਮੈਂ ਫੋਨ ਸੁਣਦਾ ਪਿਆ ਇੰਜ ਕਰਕੇ ਉਹ ਉੱਡ ਕੇ ਨਾ ਮੇਰੇ ਹੱਥ ਤੇ ਆ ਗਿਆ ਯਾਨੀ ਕਿ ਉਹਦੇ ਕੋਈ ਸ਼ਹਿ ਖਾਂਦਾ ਫਿਰ ਚੁੰਝਾ ਮਾਰੇ ਇੰਨਾ ਕੋ ਨੂੰ ਪਿੰਜਾ ਛਾੜ ਦਿਓ ਇੰਨਾ ਕੋ ਪਿੰਜਾ ਛਾੜ ਦਿਓ ਖੁਰਾਕ ਮੂੰਹ ਚ ਖੁਰਾਕ ਮੰਗੇ ਚੁੰਝਾ ਮਾਰੇ ਕਿ ਮੈਨੂੰ ਕੋਈ ਸ਼ਹਿ ਦਿਓ ਉਦੋਂ ਕਬੂਤਰ ਤਿਆਰ ਹੋ ਜਾਂਦਾ ਇਹ ਕਬੂਤਰ ਦੀ ਤਿਆਰੀ ਦੀ ਨਿਸ਼ਾਨੀ ਹੈ ਤਿਆਰੀ ਦੀ ਨਿਸ਼ਾਨੀ ਹੈ ਜੇ ਤਿਆਰ ਨਹੀਂ ਨਾ ਹੋਇਆ ਕਬੂਤਰ ਉੱਡ ਕੇ ਆਵੇਗਾ ਉਹ ਇਕੱਠਾ ਹੋ ਕੇ ਉੱਥੇ ਬਹਿ ਜਾਏਗਾ ਉਸ ਨੁਕਰੇ ਬਹਿ ਜਾਏਗਾ ਫਿਰ ਉਹਨੂੰ ਦਾਣੇ ਪਾਵਾਂਗੇ ਇਕੱਠਾ ਹੋ ਜਾਏਗਾ ਉਹਨਾਂ ਨੇ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਉਹ ਬਕਾਰ ਹੈ ਉਹ ਕੁੱਟ-ਕੁੱਟ ਕੇ ਜਿੱਲੇ ਉਹਨੇ ਪੂਰਾ ਰੜੀ ਹੋ ਜਾਣਾ ਆ ਕੇ ਉਸ ਦਾਣਾ ਹਿੱਕ ਕੱਢ ਕੇ ਲੈਣਾ ਆ ਕੇ ਉਸ ਦਾਣੇ ਖਾਣੇ ਨੇ ਖੁਰਾਕ ਜੇ ਹੱਥ 'ਤੇ ਰੱਖਣੀ ਉੱਡ ਕੇ ਹੱਥ 'ਤੇ ਸਾ ਜਾਣਾ ਇੰਜ ਦਾਣੇ ਸੱਟਣੇ ਨੇ ਤੁਹਾਡੇ ਮਗਰ ਮਗਰ ਉਸ ਭਈ ਜਾਣ ਸਿਰੇ ਫਿਰ ਤੁਸੀਂ ਉਹਨੂੰ ਮਾਰੋਗੇ ਸਿਰੇ ਫਿਰ ਇਨਸ਼ਾਅੱਲਾ ਆਪਣੇ ਟਾਈਮ ਤੇ ਆਜਾ ਮਾਸ਼ਾਅੱਲਾ ਸਾਹਿਬ ਜੀ ਆਪਣਾ ਚਾਂਸ ਵੀ ਘੱਟ ਹੋਣਗੇ ਹੁੰਦਾਂ ਨੇ ਯਾਨੀ ਕਿ ਜ਼ਾਇਆ ਹੁੰਦੇ ਚਾਂਸ ਨਹੀਂ ਹੋ ਰਹੇ ਹੁਣ ਅੱਛਾ ਚਾਂਸ ਉਹਦੇ ਹੁੰਦੇ ਨੇ ਉਹ ਲੋਹਾ ਹੋ ਜਾਏਗਾ ਨਾ ਉਹ ਜਿਨਵਾਦਨ ਨੇ ਲੋਹਾ ਮਨਵਾਉਂਦੇ ਨੇ ਜਿਹੜੇ ਉਸਤਾਦ ਉਹ ਆ ਚੀਜ਼ ਦੇ ਮਤਲਬ ਕਰਕੇ ਸਾਰੀ ਸਰਚ ਤੋਂ ਬਾਅਦ ਜੋ ਨਿਕਲਦੀ ਹੈ ਚੀਜ਼ ਉਹ ਆ ਨਿਕਲਦੀ ਹੈ ਵੱਡੇ ਉਸਤਾਦ ਜਿਹੜੇ ਨੇ ਉਹ ਗੱਲਾਂ ਕਰਦੇ ਨੇ ਅੱਛਾ ਉਸਤਾਦ ਜੀ ਆਪਣਾ ਥੋੜਾ ਜਿਹਾ ਸਾਨੂੰ ਤਾਰਫ ਕਰਾਓ ਨਾ ਤੁਸੀਂ ਕਿਹੜੇ ਇਲਾਕੇ ਤੋਂ ਸ਼ੋਅ ਕਰਦੇ ਹੋ ਤੁਹਾਡਾ ਨਾਮ ਸਾਨੂੰ ਥੋੜਾ ਜਿਹਾ ਸਾਨੂੰ ਮੇਰਾ ਨਾਮ ਇੰਤਜ਼ਾਰ ਹੈ ਤੇ ਮੈਂ ਉਸਤਾਦ ਜਮੀਲ ਭੱਟ ਸਾਹਿਬ ਦਾ ਸ਼ਗੀਰ ਦਾ ਜੀ ਪੀਟੀਸੀਐਲ 'ਚ ਮੈਂ ਮੁਲਾਜ਼ਮਤ ਕਰਨਾ ਵਾ ਗੁਜ਼ਾਰ ਜੀ ਜੀ ਤੇ ਸ਼ੌਂਕ ਇੱਥੇ ਕਰੀਦਾ ਕੱਪ ਮੈਂ ਹੀ ਕਰਵਾਉਂਦਾ ਨਾ ਪਹਿਲਾਂ ਸਾਰੇ ਜਿੰਨੇ ਵੀ ਜੀ ਜੀ ਫਿਰ ਉਸ ਤੋਂ ਬਾਅਦ ਆਪਣਾ ਚੋਰੀ ਉਮਰ ਅਤੇ ਮੈਂ ਜਿੰਨੇ ਵੀ ਆਉਂਦੇ ਸੀ ਆਪਣਾ ਕੱਪ ਪਾਉਂਦੇ ਰਹੇ ਅਤੇ ਉਸਤਾਦ ਰਿਫੋਤ ਹੋ ਗਏ ਸਨ ਜੀ ਫਿਰ ਆਪਣਾ ਉਮਰ ਪਹਿਲਾਂ ਮੇਰੇ ਉਸਤਾਦ ਜਮੀਲ ਭੱਟ ਸਾਹਿਬ ਦੇ ਸ਼ਹੀਦ ਸਨ ਉਹ ਫੋਤ ਹੋ ਗਏ ਉਹ ਉਹਨਾਂ ਦੀ ਫੋਤ ਹੋਣ ਦੀ ਵਜ੍ਹਾ ਨਾਲ ਫਿਰ ਅਸਲ ਭੱਟ ਸਾਹਿਬ ਦੇ ਸ਼ਹੀਦ ਤੇ ਪੈ ਗਏ ਕਿਉਂਕਿ ਇਹਦਾ ਨਿਜ਼ਾਮ ਨਹੀਂ ਚੱਲਦਾ ਇਹਦਾ ਨਿਜ਼ਾਮ ਨਹੀਂ ਚੱਲਦਾ ਇਹਨੇ ਫਿਰ ਇਹਨਾਂ ਸ਼ਹੀਦ ਤੇ ਪੈ ਕੇ ਇਹਨਾਂ ਅੱਛਾ ਰਿਜ਼ਲਟ ਵਾਇਆ ਬੜਾ ਅੱਛਾ ਰਿਜ਼ਲਟ ਵਾਇਆ ਅਸਲ ਭੱਟ ਸਾਹਿਬ ਨੇ ਇਹ ਛੱਤ ਤੇ ਚੰਗਾ ਰਿਜ਼ਲਟ ਵਾਇਆ ਰਾਤ ਨੂੰ 6-6, 7-7, 8-8 ਵਜੇ ਬੜੇ ਬੜੇ ਘੰਟੇ ਮਾਰੇ ਜੇਠ ਦੇ ਅੰਦਰ ਬੰਦ ਹੈ ਹਾਂਜੀ ਜੇਠ ਮਾਸ਼ਾ ਬੜੇ ਬੜੇ ਮਾਰੇ ਨੇ ਸਭ ਨਾ ਮੈਂ ਤੇ ਉਹਨਾਂ ਦਾ ਸ਼ਗੀਰ ਦਾ ਉਹਨਾਂ ਦੇ ਰਹਿਣਾ ਨਾਲੇ ਮੁਲਾਜ਼ਮ ਬੰਦੇ ਆ ਅਸਾਂ ਜੋੜਿਆਂ ਦੇ ਘਰ ਰੱਖੇ ਨੇ ਜੋੜਿਆਂ ਦਾ ਤੁਸੀਂ ਸ਼ੋਕ ਕਰਦੇ ਹੋ ਕਿੰਨੇ ਕੁ ਜੋੜੇ ਰੱਖੇ ਜੀ ਜੋੜੇ ਮੇਰੇ ਕੋਲ ਹੈ ਨੇ 35 35 ਜੋੜੇ ਨੇ ਉਸਤਾਦ ਦੇ ਘਰ ਦੇ 100 ਨੰਬਰ 49 ਦੂਜਾ ਮਾ ਕਬੂਤਰ ਵਾੜ ਦੇ ਸਹੀ ਹੋ ਗਿਆ ਜਿਹੜਾ 11 ਦਿਨਾਂ ਬਾਅਦ ਉਹ ਘਰ ਆ ਜਾਂਦੇ ਯਾਰ ਬੱਚੇ 8-10 ਦਿਨਾਂ ਤੋਂ ਬਾਅਦ ਜ਼ਾਇਆ ਹੋ ਕੇ ਨਿਕਲ ਕੇ ਬਸ ਰਾਤਾਂ ਰਹਿ ਕੇ ਜ਼ਾਇਆ ਹੁੰਦੇ ਨੇ ਫਿਰ ਖੱਜਲ ਖਰਾਬ ਹੋ ਕੇ ਵਾਪਸੀ ਹੁੰਦੀ ਉਹ ਦਿਲ ਨੂੰ ਫਿਰ ਲੱਗ ਜਾਂਦੀ ਹੈ ਚੀਜ਼ ਕਿ ਯਾਰ ਇੰਨੀ ਅਕਲ ਹੈ ਇਹਨਾਂ ਦੇ ਅੰਦਰ ਅਗਲੇ ਦਿਨ ਨਾ ਬੱਚੇ ਦੀ ਬਾਜੀ ਸੀ ਉਸਤਾਦ ਜਮੀਲ ਭੱਟ ਦੇ ਘਰੋਂ 30 ਬੱਚੇ ਲਿਆ ਕੇ ਚੋਰੀ ਉਮਰ ਤਾਰ ਵਾਲੇ ਲਿਆਉਂਦੇ ਸਨ ਉੱਥੋਂ ਇੱਕ ਬੱਚਾ 7 ਦਿਨ ਬਾਹਰ ਰਿਹਾ ਉਹ ਡੇਰੇ ਦੇ ਚਾਰ ਸ਼ਵਰੀ ਘੁੰਮਦਾ ਰਿਹਾ ਕਿਤੇ ਉਹ ਪੈਲੀ ਲੱਗ ਕਿਤੇ ਉੱਥੇ ਲੱਗ 7 ਦਿਨਾਂ ਬਾਅਦ ਫਿਰ ਉੱਥੇ ਅਤੇ ਫਿਰ ਉਹ ਸ਼ਾਮ ਤੱਕ ਉੱਠਿਆ ਜੀ ਕਿ ਨਹੀਂ ਰਾਤਾਂ ਨੂੰ 8-8 ਵਜੇ 7-7, 8-9 ਵਜੇ ਰਾਤ ਨੂੰ ਮਿਲਦਾ ਉਸਤਾਦ ਜੀ ਸਾਡਾ ਮਤਲਬ ਕੋਈ ਅਗਰ ਤੁਹਾਨੂੰ ਬੰਦਾ ਕੋਈ ਕੰਟੈਕਟ ਕਰਨਾ ਚਾਹੇ ਕੋਈ ਤੁਹਾਡੇ ਬਾਰੇ ਇਲਮ ਨੌਲੇਜ ਹਾਸਲ ਕਰਨਾ ਚਾਹੇ ਤਾਂ ਤੁਸੀਂ ਉਹਨੂੰ ਸ਼ੇਅਰ ਕਰਦੇ ਹੋਗੇ ਨਹੀਂ ਲੰਮੇ ਚੋਰੇ ਨਹੀਂ ਮਤਲਬ ਤੁਸੀਂ ਮਾਸ਼ਾਅੱਲਾ ਕਰਦੇ ਹੋ ਚਾਹੇ ਐਕਸਪੀਰੀਅੰਸ ਕਰਦੇ ਹੋ ਉਸਤਾਦਾਂ ਦੀ ਮਤਲਬ ਦਾਸਤਾਨ ਸੁਣਾਉਂਦੇ ਹੋ ਆਪਣੇ ਦੀ ਇੰਨੀ ਸਰਚ ਤੁਸੀਂ ਮਤਲਬ ਕੀਤੀ ਹੈ ਕਿ ਤੁਹਾਨੂੰ ਉਸਤਾਦ ਨੇ ਆਪਣੇ ਮੂੰਹ ਨਹੀਂ ਬੋਲ ਕੇ ਦੱਸਿਆ ਹੈ ਕਿ ਇਹ ਚੀਜ਼ ਮੈਂ ਇੰਜ ਇਸਤੇਮਾਲ ਕੀਤੀ ਤੁਸੀਂ ਆਪਣੀ ਅਕਲ ਨਾਲ ਕੀਤੀ ਉਸ ਗੱਲ ਦਾ ਇੰਨਾ ਕੋ ਮਜ਼ਾ ਆਇਆ ਮੈਂ ਤੁਹਾਨੂੰ ਦੱਸਾਂ ਮੈਂ ਜਿਹਲੇ ਗਿਆ ਨਾ ਤੇ ਅੰਦਰ ਕਬੂਤਰ ਲਿਆ ਫੜ ਗਏ ਮੈਂ ਕਬੂਤਰ ਲਿਆਂਦਾ ਉਹਨਾਂ ਪਾਣੀ ਅੰਦਰ ਗਏ ਨੇ ਉਹ ਚੀਜ਼ ਗਰਮ ਕੀਤੀ ਮੈਨੂੰ ਨਹੀਂ ਪਤਾ ਮੈਂ ਤਾਂ ਡਰਦਾ ਨਹੀਂ ਸਭ ਬੁਲਾਉਂਦਾ ਹੁੰਦਾ ਚੁੱਪ ਕਰਕੇ ਕੋਲ ਬਹਿ ਜਾਂਦਾ ਹੁੰਦਾ ਅੰਦਰ ਗਏ ਨੇ ਉਹਨੂੰ 10 ਜੀ ਪਾਣੀ ਮਾਰਿਆ ਜਾਲ ਤੇ ਛੱਡ ਕੇ ਆਉਂਦਾ ਘੋਰਨੇ ਛੱਡ ਮੈਂ ਘੋਰਨੇ ਛੱਡ ਆਇਆ ਤੇ ਲੱਗ ਪਏ ਤਾਸ਼ ਖੇਡਣ 15-20 ਮਿੰਟ ਹੋਏ ਨੇ 15-20 ਮਿੰਟਾਂ ਬਾਅਦ ਫਿਰ ਗਏ ਆ ਅੰਦਰ ਜਾ ਵੇਖ ਕੇ ਆ ਮੈਂ ਉਸਤਾਦ ਜੀ ਤੇ ਲੰਮਾ ਪਏ ਆ ਹੁਣ ਅਜਾ ਆਇਆ ਫਿਰ
ਬਹਿ ਗਏ ਫਿਰ ਅੱਧੇ ਘੰਟੇ ਵੱਧ ਹੋ ਗਏ ਆ ਮੈਂ ਉਸਤਾਦ ਜੀ ਕੋਈ ਨਹੀਂ ਲਾ ਤੀਸਰੀ ਵਾਰੀ ਮੈਂ ਕਿਹਾ ਉਸਤਾਦ ਜੀ ਭਾਵੇਂ ਕਬੂਤਰ ਹੀ ਮਰ ਜਾਵੇ ਆਉਂਦਾ ਚੱਲ ਕਬੂਤਰ ਮਰ ਜਾਏ ਐਵੇਂ ਮਰ ਜਾਏਗਾ ਉਹ ਕਿਹੜਾ ਬਿਮਾਰ ਹੈ ਉੱਡ ਕੇ ਆਇਆ ਖਰਾਬ ਹੋ ਗਿਆ ਠੀਕ ਹੋ ਜਾਂਦਾ ਤੁਸੀਂ ਤੇ ਆਪਣੀ ਨਾਲੇ ਦੀ ਗੱਲ ਕਰਦੇ ਹੋ ਨਾ ਕਿ ਆਪਣਾ ਜਿੰਨਾ ਕੁ ਤੁਹਾਡੇ ਕੋਲ ਐਕਸਪੀਰੀਅੰਸ ਸੀ ਤੁਸੀਂ ਤੇ ਉਨੀ ਕੁ ਕਰਨੀ ਸੀ ਡਿੱਗਾ ਹੀ ਇੰਜ ਕਰਕੇ ਸੀ ਹਾਂ ਤੁਹਾਨੂੰ ਤੇ ਲੱਗਦੇ ਤੇ ਬਚਣੇ ਹੀ ਕੋਈ ਨਹੀਂ ਉਸਤਾਦ ਬੰਦੇ ਦਾ ਇੱਥੇ ਤਾਂ ਪਤਾ ਚੱਲਦਾ ਹੈ ਕਿ ਕਿਵੇਂ ਕਬੂਤਰ ਉਹ ਫਿਰ ਨਾ ਮੈਂ ਨਾ ਸ਼ਾਮ ਦੇ ਜਾਣਾ ਹੋ ਗਿਆ ਤੇ ਫਿਰ ਵੇਖਿਆ ਤੇ ਕਬੂਤਰ ਨਾ ਉੱਥੇ ਬੈਠਾ ਬਹਿ ਗਿਆ ਮੈਂ ਉਸਤਾਦ ਜੀ ਮੈਂ ਹੁਣ ਹਫਜ਼ਾਬਾ ਜਾਣਾ ਟਾਈਮ ਹੋ ਗਿਆ ਤੇ ਮੈਂ ਆਂਦਾ ਪੁੱਤਰਾ ਤੂੰ ਜਾ ਤੇ ਇਨਸ਼ਾਅੱਲਾ ਕੱਲ੍ਹ ਆ ਗਿਆ ਤੇ ਪਰਸੋਂ ਵੀ ਲਾਊਂਗਾ ਪਰਸੋਂ ਮੈਂ ਆਇਆ ਪਰਲੀ ਨੁੱਕਰ ਤੇਰਾ ਮੂੰਹ ਸਾਹਿਬ ਬੈਠਾ ਤੇ ਮੈਂ ਪੋਲਾ ਜਾਣਾ ਉਸਤਾਦ ਰਿਹਾ ਉਹਦੇ ਪਿੱਛੇ ਨੇ ਵਡੇਰੇ ਸਨ ਉੱਧਰ ਪਿੱਛੇ ਮੈਂ ਆ ਕੇ ਪੋਲਾ ਜਾਣਾ ਉਹਦੇ ਕੋਲ ਬਹਿ ਰਿਹਾ ਮੂੰਹ ਸਾਹਿਬ ਮੈਂ ਉਹ ਸੌ ਨੰਬਰ ਦੀ ਕੀ ਸੂਰਤ ਆ ਮੂੰਹ ਸਾਹਿਬ ਦੇ ਗਾਲਾਂ ਦਾ ਭੈੜੇ ਹਾਲਾਤ ਨਾਲ ਹੀ ਗਿਆ ਮੈਂ ਉੱਥੋਂ ਉੱਠ ਗਿਆ ਨਾ ਤਕਲੀਫ ਹੋਈ ਹੈ ਕਿਉਂਕਿ ਸਾਡੇ ਸਾਡਾ ਕਬੂਤਰ ਸੀ ਸਾਡੇ ਉਸਤਾਦ ਉਹਨਾਂ ਦਾ ਕਬੂਤਰ ਸੀ ਕਲੀ ਇੰਨੀ ਗੱਲ ਕਹੀ ਉਹਨਾਂ ਦਾ ਉਸਤਾਦ ਉਹਨਾਂ ਪੁੱਛਿਆ ਮੈਂ ਉਸਤਾਦ ਜੀ ਕਬੂਤਰ ਮੁਨਸਫਾ ਦਾ ਮਾੜਾ ਗਿਆ ਉਹਨੇ ਕਿਹਾ ਪੁੱਤਰਾ ਤੂੰ ਇੱਥੇ ਬਹਿ ਤੈਨੂੰ ਪਤਾ ਲੱਗ ਗਿਆ ਅਮਾਨੀ ਗੱਲ ਸਾਢੇ ਚਾਰ ਕੇ ਪੰਜ ਸਾਲ ਬਣ ਟਾਈਮ ਦਾ ਨਹੀਂ ਮਿਲਣਾ ਬਾਬਾ ਕਹਿੰਦੇ ਆ ਕੇ ਬੈਠਾ ਤੇ ਅੰਜ ਖਲੋਤਾ ਇਸ ਤਰ੍ਹਾਂ ਦੇਖ ਕੱਢ ਕੇ ਖਲੋਤਾ ਇੰਜ ਹੀ ਫਿਰ ਮੇਰੀ ਪਿੰਡ ਬਾਜ਼ੀ ਲੱਗ ਜਾਂਦੀ ਬਾਜ਼ੀ ਲੱਗ ਜਾਂਦੀ ਲਗਾਤਾਰ ਕੁਦਰਤੀ ਉਸਤਾਦ ਨੇ ਫੋਨ ਕਰ ਲਿਆ ਮੈਨੂੰ ਆਪਣੇ ਜ਼ਹਿਰ ਰਾਬਤਾ ਨਹੀਂ ਕੀਤਾ ਬਾਜ਼ੀ ਬੂਜ਼ੀ ਲਾਈਏ ਮੈਂ ਉਸਤਾਦ ਜੀ ਕੀ ਕਰਨਾ ਲੱਗਾ ਵਾ ਧਿਆਨ ਤੇ ਮੈਂ ਹੋਈ ਹਾਲ ਹੋ ਗਿਆ ਕਬੂਤਰ ਜਿਵੇਂ ਤੁਹਾਡਾ ਸੌ ਨੰਬਰ ਦਾ ਹੈ ਉਹਨਾਂ ਕਹਿੰਦੇ ਜਾ ਪੰਸਾਰੀ ਦੁਕਾਨ ਤੇ ਜਾ ਕੇ ਨਾ ਉਹ ਚੀਜ਼ਾਂ ਲਿਆ ਕੇ ਕਾਟ ਕੇ ਨਾ ਮੁੰਡੇ ਠੀਕ ਹੋ ਜਾਏ ਮੈਂ ਚਲੋ ਠੀਕ ਹੈ ਮੈਂ ਗਿਆ ਭੱਜਾ ਭੱਜਾ ਜਾ ਕੇ ਮੈਂ ਦਿੱਤਾ ਅੱਧੇ ਘੰਟੇ ਬਾਅਦ ਉਸ ਕਬੂਤਰ ਨੇ ਮੇਰੇ ਦਾਣਾ ਮੰਗਣਾ ਸ਼ੁਰੂ ਕਰ ਮਗਰ ਚੜ ਗਿਆ ਦੇ ਦਾਣਾ ਉੱਥੇ ਮੈਂ ਗੱਲ ਸੋਚੀਏ ਮੈਂ ਇਹ ਉਹ ਹੀ ਚੀਜ਼ ਹੈ ਜਿਹੜੀ ਉਸਤਾਦ ਆਪ ਇਸਤੇਮਾਲ ਕੀਤੀ ਸੀ ਉਹ ਅੱਗੋਂ ਮੇਰੇ ਹੱਥਾਂ 'ਚ ਹੋਣੀ ਕਿ ਦੱਸੀ ਨਹੀਂ ਹੁਣ ਆਪਣੇ ਮੂੰਹ 'ਚ ਨਹੀਂ ਦੱਸੀ ਨਹੀਂ ਆ ਉਹਨਾਂ ਕਿਹਾ ਪੁੱਤਰਾ ਇਹ ਚੀਜ਼ ਇਸਤੇਮਾਲ ਉਸ ਤੋਂ ਬਾਅਦ ਮੈਂ ਕਿੰਨੀਆਂ ਜਗ੍ਹਾ 'ਤੇ ਕੀਤੀ ਹੈ ਤਾਂ ਰਿਜ਼ਲਟ ਸਾਹਮਣੇ ਆਇਆ ਮਾਸ਼ਾਅੱਲਾ ਆਪਣਾ ਕੰਟੈਕਟ ਨੰਬਰ ਥੋੜ੍ਹਾ ਜਿਹਾ ਸਾਡੇ ਨਾਲ ਸ਼ੇਅਰ ਕਰ ਦਿਓ ਬਸ ਦੋ ਰੁਪਏ ਗੱਲ ਹੈ ਫਿਰ ਇਨਸ਼ਾਅੱਲਾ ਤੁਹਾਡੇ ਕੋਲ ਬੜਾ ਨਾਂ ਹੈ ਇਲਾਕੇ ਦੇ ਵਿੱਚ ਇਜਾਜ਼ਤ ਚਾਹਨੇ ਉਹ ਤਾਂ ਅਸਾਂ ਦੇਖ ਲਿਆ ਮਾਸ਼ਾਅੱਲਾ ਇਹਨਾਂ ਦੀ ਗੁਫ਼ਤਗੂ ਦੇ ਨਾਲ ਬੰਦੇ ਨੂੰ ਪਤਾ ਚੱਲਦਾ ਹੈ ਸ਼ੌਕੀਨ ਬੰਦਾ ਜਿਸ ਨੂੰ ਕਿਸੇ ਚੀਜ਼ ਬਾਰੇ ਨਹੀਂ ਇਲਮ ਹੁੰਦਾ ਇੰਨਾ ਤੁਸੀਂ ਚਲੋ ਕੰਟੈਕਟ ਨੰਬਰ ਦੇ ਦਿਓਗੇ ਚਲੋ ਕਿਸੇ ਭਾਈ ਦਾ ਭਲਾ ਹੋ ਜਾਏਗਾ 0300 0364 2297 ਮਾਸ਼ਾਅੱਲਾ ਬਹੁਤ ਮਿਹਰਬਾਨੀ ਉਸਤਾਦ ਜੀ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਕੁ ਟਾਈਮ ਤੁਹਾਡਾ ਮੈਂ ਲਿਆ ਬਾਕੀ ਦੋਸਤੋ ਉਮੀਦ ਕਰਨੇ ਸਾਰਿਆਂ ਭਾਈਆਂ ਨੂੰ ਵੀਡੀਓ ਪਸੰਦ ਆਈ ਹੋਏਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਅਤੇ ਮਿਲਦੇ ਹਾਂ ਅਗਲੀ ਨੈਕਸਟ ਵੀਡੀਓ ਨਾਲ ਅੱਲਾ ਹਾਫਿਜ਼